ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਬਲਾਕ ਕਾਂਗਰਸ ਫਰੂੜਕਾ ਕਲਾਂ ਵੱਲੋਂ ਬਲਾਕ ਪ੍ਰਧਾਨ ਰਕੇਸ਼ ਦੁੱਗਲ ਦੀ ਅਗਵਾਈ ਵਿੱਚ ਸੰਘ ਢੇਸੀਆਂ ਪੈਟਰੋਲ ਪੰਪ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਰਕੇਸ਼ ਦੁੱਗਲ ਅਤੇ ਰਾਜ ਦੁੱਗਲ ਨੇ ਕਿਹਾ ਕਿ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਧਣ ਕਾਰਨ ਰਸੋਈ ਦਾ ਬਜਟ ਹਿੱਲ ਗਿਆ ਹੈ ਅਤੇ ਦਿਹਾੜੀਦਾਰ ਦਾ ਇਸ ਵਕਤ ਗੁਜ਼ਾਰਾ ਕਰਨਾ ਹੋਰ ਵੀ ਮੁਸ਼ਕਲ ਹੋਇਆ ਪਿਆ ਹੈ। ਦੂਸਰੇ ਪਾਸੇ ਦਿੱਲੀ ਦੇ ਬਾਰਡਰਾਂ 'ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਕਰ ਰਹੇ ਨੇ, ਪਰ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਏ ਕਰੀ ਬੈਠੀ ਹੈ। ਸਮੂਹ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜੇ ਪਿਛਲੀ ਸਰਕਾਰ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਤੋਂ ਦੇਖਿਆ ਜਾਵੇ ਤਾਂ ਇਸ ਵੇਲੇ ਡਬਲ ਨਾਲੋਂ ਵੀ ਵੱਧ ਜਿਹੜਾ ਰੇਟ ਵੱਧ ਚੁੱਕਾ ਹੈ, ਜਿਹੜਾ ਆਮ ਆਦਮੀ ਦੇ ਸਹਿਣਯੋਗ ਨਹੀਂ ਹਨ। ਜਿੱਥੇ ਕਿਸਾਨ ਸਾਡੇ ਧਰਨਿਆਂ ਦੇ ਵਿੱਚ ਦਿੱਲੀ ਵਿੱਚ ਬੈਠੇ ਨੇ ਔਰ ਉਹਨਾਂ ਲਈ ਕਾਲੇ ਕਾਨੂੰਨ ਲਿਆਂਦੇ ਗਏ ਨੇ, ਉਹਦੇ ਨਾਲ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕਿਸਾਨ ਮਾਰੂ ਨੀਤੀਆਂ ਹੋਰ ਲਾਗੂ ਕਰ ਦਿੱਤੀਆਂ ਗਈਆਂ ਹਨ। ਤੁਸੀਂ ਦੇਖਿਆ ਕਿ ਰੋਜ਼ 25 ਤੋਂ 30 ਪੈਸੇ ਡੀਜ਼ਲ ਅਤੇ ਪੈਟਰੋਲ ਔਰ ਗੈਸ ਦੇ ਜਿਹੜੇ ਹੈਗੇ ਆ ਰੇਟ ਵੱਧ ਰਹੇ ਨੇ, ਔਰ ਜੋ ਸਬਸਿਡੀ ਸਾਨੂੰ ਮਿਲ ਰਹੀ ਸੀ ਗੈਸ ਸਿਲੰਡਰਾਂ 'ਤੇ ਉਹ ਵੀ ਤਕਰੀਬਨ ਬੰਦ ਕਰ ਦਿੱਤੀ ਗਈ ਹੈ। ਇਹ ਆਮ ਗਰੀਬ ਬੰਦਿਆਂ ਦਾ, ਆਮ ਲੋਕਾਂ ਦਾ ਲਹੂ ਚੂਸਣ ਵਾਲੀ ਸਰਕਾਰ ਹੈ। ਸੋ ਅੱਜ ਅਸੀਂ ਸਾਰੇ ਇਕੱਤਰ ਹੋ ਕੇ ਇਹਨਾਂ ਰੇਟਾਂ ਦਾ ਜਿਹੜਾ ਵਿਰੋਧ ਕਰ ਰਹੇ ਹਾਂ ਔਰ ਸਾਰੀ ਬਲਾਕ ਕਾਂਗਰਸ ਰੁੜਕਾ ਕਲਾਂ ਦੱਬ ਕੇ ਉਹਨਾਂ ਨੇ ਵਿਰੋਧ ਕੀਤਾ ਹੈ। ਇਸੇ ਤਰ੍ਹਾਂ ਹੀ ਗੁਰਾਇਆ ਸਿਟੀ ਕਾਂਗਰਸ ਦੇ ਪ੍ਰਧਾਨ ਮਨੀਸ਼ ਚੈਨ ਦੀ ਅਗਵਾਈ ਵਿੱਚ ਯੂਥ ਕਾਂਗਰਸ ਤੇ ਕਾਂਗਰਸੀ ਕੌਂਸਲਰਾਂ ਵੱਲੋਂ ਗੁਰਾਇਆ ਦੇ ਪੈਟਰੋਲ ਪੰਪ ਅੱਗੇ ਪ੍ਰਦਰਸ਼ਨ ਕੀਤਾ ਗਿਆ। ਮਨੀਸ਼ ਚੈਨ ਅਤੇ ਕੌਂਸਲਰ ਬਲਜਿੰਦਰ ਕਾਲਾ ਨੇ ਕਿਹਾ ਕਿ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਸਮੇਂ ਭਾਜਪਾ ਲੀਡਰਾਂ ਵੱਲੋਂ ਪੈਟਰੋਲ ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਹੁਣ ਭਾਜਪਾ ਦੇ ਮੰਤਰੀ ਕਿੱਥੇ ਹਨ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ? ਇਹ ਹਮ ਦੋ ਹਮਾਰੇ ਦੋ ਦੇ ਸਲੋਗਨ ਤੇ ਚੱਲ ਰਹੇ ਹਨ। ਇਹਨਾਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਇਲਾਵਾ ਹੋਰ ਕਿਸੇ ਦੀ ਦੁੱਖ ਤਕਲੀਫ ਨਜ਼ਰ ਨਹੀਂ ਆ ਰਹੀ। ਸਾਡੀ ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਜਿਹੜੀ ਡੀਜ਼ਲ ਪੈਟਰੋਲ ਦੇ ਭਾਅ ਇੰਨੇ ਵੱਧ ਰਹੇ ਆ, ਇਹਦੇ ਨਾਲ ਸਿੱਧਾ ਜਿਹੜਾ ਅਸਰ ਆ ਉਹ ਮਹਿੰਗਾਈ 'ਤੇ ਪੈ ਰਿਹਾ ਅਤੇ ਮਹਿੰਗਾਈ ਵਧਣ ਨਾਲ ਗਰੀਬ ਆਦਮੀ ਦਾ ਜੀਣਾ ਬੜਾ ਦੁਸ਼ਰ ਹੋਇਆ ਪਿਆ। ਇਸ ਚੀਜ਼ ਨੂੰ ਮੋਦੀ ਸਰਕਾਰ ਨੂੰ ਨੀਂਦ ਜਗਾਉਣ ਵਾਸਤੇ ਅੱਜ ਸਾਡੀ ਕਾਂਗਰਸ ਪਾਰਟੀ ਵੱਲੋਂ ਅੱਜ ਦੇ ਦਿਨ ਸਾਰੇ ਪਾਸੇ ਅੱਜ ਧਰਨੇ ਰੱਖੇ ਦੇ ਕੇ ਰੋਸ ਪ੍ਰਦਰਸ਼ਨ ਦਾ ਮੁਜ਼ਾਹਰਾ ਕੀਤਾ ਗਿਆ। ਅੱਜ ਅਸੀਂ ਗੁਰਾਇਆ ਸਿਟੀ ਕਾਂਗਰਸ ਵੱਲੋਂ ਇੱਥੇ ਕਰਮ ਪੈਟਰੋਲੀਅਮ 'ਤੇ ਆਪਣੀ ਪਾਰਟੀ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ। ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਇੱਕੋ ਹੀ ਮਕਸਦ ਹੈ ਕਿ ਸ਼ਾਇਦ ਮੋਦੀ ਸਰਕਾਰ ਜਾਗੇ ਅਤੇ ਮਹਿੰਗਾਈ ਨੂੰ ਕੰਟਰੋਲ ਕਰੇ, ਕਿਉਂਕਿ ਮਹਿੰਗਾਈ ਕੰਟਰੋਲ ਕਰਨਾ ਇਸ ਵੇਲੇ ਦੇਸ਼ ਲਈ ਸਭ ਤੋਂ ਜ਼ਰੂਰੀ ਹੈ। ਅਤੇ ਜਿਹੜੇ ਇਸ ਵੇਲੇ ਇੰਨੇ ਸਾਲ ਹੋ ਗਏ ਆ ਡੀਜ਼ਲ ਪੈਟਰੋਲ ਆਪਣੇ ਹਾਈ ਰੇਟਾਂ 'ਤੇ ਪਹੁੰਚ ਗਿਆ, ਜਦਕਿ ਕਰਿਊਡ ਆਇਲ ਦੇ ਰੇਟ ਇੰਨੇ ਨਹੀਂ ਵਧੇ ਜਿਸ ਹਿਸਾਬ ਨਾਲ ਉਹ ਟੈਕਸ ਲਾ ਕੇ ਸੈਸ ਲਾ ਕੇ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਾ ਰਹੇ ਨੇ। ਇਸ ਤੋਂ ਇਲਾਵਾ ਫਿਲੌਰ ਵਿਖੇ ਵੀ ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਖਿਲਾਫ਼ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਚੌਧਰੀ ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਿੱਥੇ ਸਮੂਹ ਕਾਂਗਰਸੀ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਚੌਧਰੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਹਰ ਵਰਗ ਦੁਖੀ ਕਰ ਦਿੱਤਾ ਹੈ, ਜਦਕਿ ਮੋਦੀ ਸਰਕਾਰ ਦੇਸ਼ ਵਾਸੀਆਂ ਨਾਲ ਕੀਤੇ ਗਏ ਇੱਕ ਵੀ ਵਾਅਦੇ 'ਤੇ ਖਰੀ ਨਹੀਂ ਉਤਰੀ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਾਪਸ ਨਾ ਲਈਆਂ ਤਾਂ ਕਾਂਗਰਸ ਪਾਰਟੀ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ। ਅੱਜ ਦੇਸ਼ ਦੇ ਵਿੱਚ ਤੇਲ, LPG ਔਰ ਡੀਜ਼ਲ ਦੇ ਵੱਧਦੇ ਦਾਮਾਂ ਦੇ ਖਿਲਾਫ਼ ਅਸੀਂ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ 'ਤੇ ਪੂਰੇ ਦੇਸ਼ ਵਿੱਚ ਇਹ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਾਂ ਔਰ ਮੰਗ ਕਰ ਰਹੇ ਹਾਂ ਦੇਸ਼ ਦੀ ਹਕੂਮਤ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਕਿ ਜਦੋਂ ਕੱਚੇ ਤੇਲ ਦੇ ਦਾਮ ਇੰਟਰਨੈਸ਼ਨਲ ਮਾਰਕੀਟ ਤਕਰੀਬਨ ਸਾਡੀ ਸਰਕਾਰ ਜਦੋਂ ਸੀ ਉਦੋਂ 109 ਰੁਪਏ $109 ਦਾ ਇੱਕ ਬੈਰਲ ਮਨਮੋਹਨ ਸਿੰਘ ਜੀ ਦੀ ਸਰਕਾਰ ਖਰੀਦ ਰਹੀ ਸੀ ਔਰ ਪੈਟਰੋਲ 72 ਰੁਪਏ ਔਰ ਡੀਜ਼ਲ 57 ਰੁਪਏ ਦਾ ਉਸ ਟਾਈਮ ਸਰਕਾਰ ਦੇ ਰਹੀ ਸੀ। ਅੱਜ ਅਫਸੋਸ ਹੈ ਕਿ ਕੱਚੇ ਤੇਲ ਦੀ ਕੀਮਤ $109 ਤੋਂ ਘੱਟ ਕੇ $70 ਤੇ ਆ ਗਈ, ਪਰ ਅੱਜ ਜਿਹੜੀ ਪੈਟਰੋਲ ਦੀ ਕੀਮਤ ਆ ਉਹ 97 ਰੁਪਈਏ ਔਰ ਡੀਜ਼ਲ ਦੀ ਕੀਮਤ ਤਕਰੀਬਨ 90 ਰੁਪਈਏ ਹੋ ਚੁੱਕੀ ਹੈ। ਤਾਂ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਧੱਕਾ, ਬਹੁਤ ਇਹ ਅਨਿਆਏ ਦੇਸ਼ ਦੇ ਲੋਕਾਂ ਨਾਲ ਹੋ ਰਿਹਾ ਔਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅੱਗੇ ਮੰਗ ਕਰਦੇ
कि जल्द तो जल्द इन कीमतों की कटौती की जाए और जो आम नागरिक है उसको राहत।